ਹੇਠ ਟਿਕਟ ਭਾਈ ਜੀਵਨ ਸਿੰਘ ਜੀ ਦੀ ਹੈ ਅਤੇ ਇਹ ਟਿਕਟ 2010 ਵਿੱਚ ਇੰਡੀਆ ਗਵਰਨਮੈਂਟ ਵੱਲੋਂ ਰਿਲੀਜ਼ ਕੀਤੀ ਗਈ ਸੀ। 5 ਰੁਪਈਆਂ ਦੀ ਟਿਕਟ ਹੈ। ਭਾਈ ਜੀਵਨ ਸਿੰਘ ਇਤਿਹਾਸ ਵਿੱਚ ਭਾਈ ਜੈਤਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ। ਹੁਣ ਤਾਂ ਸਾਰਿਆਂ ਨੂੰ ਪਤਾ ਹੋਣਾ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਸ਼ਹੀਦ ਹੋਏ ਸੀ ਤਾਂ ਇਹ ਭਾਈ ਜੀਵਨ ਸਿੰਘ ਆਪਣੇ ਪਿਤਾ ਜੀ ਦੇ ਕਹਿਣ 'ਤੇ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ। ਆਹ ਪੂਰੀ ਸੀਟ ਜਦੋਂ ਮੈਂ ਇੰਡੀਆ ਤੋਂ ਇੱਕ ਸਿਪਮੈਂਟ ਮੰਗਵਾਈ ਸੀ ਤਾਂ ਉਸ ਵੀਰ ਨੇ ਭਾਈ ਜੀਵਨ ਸਿੰਘ ਜੀ ਦਾ ਇੱਕ ਪੂਰੀ ਸੀਟ ਉਹਦੇ ਉੱਤੇ ਇਸ ਤਰ੍ਹਾਂ ਲਾਈ ਸੀ। ਇਹ ਹਾਂ ਹਾਂ ਸਾਰੀ ਇਹ ਹੁਣ ਮੇਰਾ ਡਿਫਰੈਂਸ ਐਡਰੈਸ ਆ ਵੀ ਉਦੋਂ ਮੈਂ ਇਸ ਐਡਰੈਸ 'ਤੇ ਰਹਿੰਦਾ ਸੀ। ਜੈਪੁਰ ਤੋਂ ਆਈ ਸੀ ਇਹ ਸਾਰਾ ਵੇਰਵਾ ਇਹਦੇ 'ਤੇ ਰਜਿਸਟਰਡ ਏਅਰ ਮੇਲ ਸੀ ਇਹ। ਅਤੇ ਇਹ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਇੰਨੀ ਬੇਸਕੀਮਤੀ ਸੀਟ ਸਾਰੀ ਇਹਦੇ ਇਸ ਤਰ੍ਹਾਂ ਲਾਈ ਸੀ। ਇਹ ਮੈਂ ਅੱਜ ਤੱਕ ਸਾਂਭ ਕੇ ਰੱਖੀ ਹੋਈ ਹੈ। ਅਤੇ ਆਹਾ ਹੈਗਾ ਇਹਦੇ 'ਤੇ ਭਾਈ ਜੀਵਨ ਸਿੰਘ ਜੀ ਬਾਰੇ ਵਿਸਤਾਰ ਸਹਿਤ ਜਿਵੇਂ ਦੱਸਿਆ ਹੋਇਆ ਉਹਨਾਂ ਦੇ ਜੀਵਨ ਬਾਰੇ, ਜਿਵੇਂ ਆਪਾਂ ਇਹ ਹਿੰਦੀ ਵਿੱਚ ਲਿਖਿਆ ਵੀ ਹੋਇਆ ਭਾਈ ਜੈਤਾ ਕੇ ਨਾਮ ਸੀ। ਅਤੇ ਸਾਰਾ ਵੇਰਵਾ ਦੇ ਉੱਤੇ ਦਿੱਤਾ ਹੋਇਆ। ਭਾਈ ਸਾਹਿਬ ਨੇ 14 ਲੜਾਈਆਂ 'ਚ ਭਾਗ ਲਿਆ ਇਹਦੇ ਹਾਂ ਲਿਖਿਆ ਹੋਇਆ। ਅਤੇ ਸਭ 1704 ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਇਹਨਾਂ ਨੂੰ ਆਪਣਾ ਕਲਗੀ ਸ਼ਸਤਰ ਔਰ ਪੋਸਾਕ ਸਾਰਾ ਕੁਛ ਦਿੱਤਾ ਸੀ। ਅਤੇ 23 ਦਸੰਬਰ 1704 ਨੂੰ ਉਹ ਲੜਦੇ ਹੋਏ ਸਿੱਖ ਸ਼ਹੀਦ ਹੋਏ ਸੀ। ਅਤੇ ਆਹ ਟਿਕਟ ਬਾਰੇ ਥੋੜ੍ਹਾ ਜਿਹਾ ਉਹ ਸਾਰਾ ਕੁਛ ਲਿਖਿਆ ਹੋਇਆ ਉਹਨਾਂ ਨੇ ਵੀ ਕਿੰਨੇ ਦੀ ਟਿਕਟ ਆ ਉਹ ਸਾਰਾ। 3 ਲੱਖ ਇਹ ਟਿਕਟ ਇੰਡੀਆ ਗੌਰਮੈਂਟ ਨੇ ਰਿਲੀਜ਼ ਕੀਤੀ ਸੀ ਇਹ 2 ਰੁਪਈਆਂ ਦਾ। ਹਾਂ ਜਿਹੜਾ ਇਹ ਵੀ ਇੰਡੀਆ ਦੀ ਗੌਰਮੈਂਟ ਵੱਲੋਂ ਆ ਇੰਗਲਿਸ਼ ਵਿੱਚ ਆ ਸਾਰਾ। ਉੱਧਰ ਹਿੰਦੀ ਸੀ ਇੰਗਲਿਸ਼ 'ਚ ਪਰ ਪੰਜਾਬੀ 'ਚ ਨਹੀਂ। ਇਹੀ ਸਾਡੀ ਇੱਕ ਵੱਡੀ ਘਾਟ ਆ ਵੀ ਸਾਨੂੰ ਨਾਲ ਪੰਜਾਬੀ ਵਿੱਚ ਵੀ ਲਿਖਣਾ ਚਾਹੀਦਾ। ਚਲੋ ਖੈਰ ਬਹੁਤ ਸੋਹਣੇ। ਹੁਣ ਤੁਹਾਨੂੰ ਫਸਟ ਡੇ ਕਵਰ ਦਿਖਾ ਦਿੰਦੇ। ਇਹ ਫਸਟ ਡੇ ਕਵਰ ਆ ਭਾਈ ਜੀਵਨ ਸਿੰਘ ਜੀ ਬਾਰੇ ਸਾਰਾ ਕੁਛ ਇਹਨਾਂ ਦੇ ਆ ਫੋਟੋ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਗੀ ਬਾ ਸ਼ਸਤਰ ਵਗੈਰਾ ਦੇ ਰਹੇ ਨੇ। ਆ ਉਹ ਫੋਟੋ ਆ ਜਦੋਂ ਭਾਈ ਜੀਵਨ ਸਿੰਘ ਜੀ ਸੀਸ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਕੋਲ। ਇਹ ਨਵੀਂ ਦਿੱਲੀ ਤੋਂ ਜਾਰੀ ਹੋਇਆ ਹੋਇਆ ਫਸਟ ਡੇ ਕਵਰ ਆ ਬਹੁਤ ਸੋਹਣਾ। ਦੂਸਰੀ ਸਾਈਡ ਵੀ ਆਪਾਂ ਦੇਖ ਲੈਂਦੇ ਦੂਸਰੀ ਸਾਈਡ ਠੀਕ ਆ। ਅਤੇ ਇਹ ਤੋਂ ਇਲਾਵਾ ਇੱਕ ਹੋਰ ਫਸਟ ਡੇ ਕਵਰ ਹੈ ਤਾਂ ਉਹ ਸੇਮ ਹੀ ਆ। ਇਹਦਾ ਫਰਕ ਇਹ ਆ ਵੀ ਇਹ ਕਾਨਪੁਰ ਤੋਂ ਜਾਰੀ ਹੋਇਆ। ਇਸ ਤੋਂ ਇਲਾਵਾ ਹੋਰ ਨੇ ਜਿਹੜੇ ਉਹ ਵੀ ਆਪਾਂ ਦੇਖ ਲੈਂਦੇ ਹਾਂ। ਆਹ ਵੀ ਕਾਨਪੁਰ ਤੋਂ ਜਾਰੀ ਹੋਇਆ ਹੈ, ਆਹ ਵੀ ਕਾਨਪੁਰ ਤੋਂ ਜਾਰੀ ਹੋਇਆ ਹੈ ਅਤੇ ਇਹ ਵੀ ਕਾਨਪੁਰ। ਅਤੇ ਆਹ ਇੱਕ ਸੀਟ ਆ ਤੋਂ ਇਹ ਪੂਰੀ ਪ੍ਰੋਪਰ ਬਹੁਤ ਸੋਹਣੀ ਪਿਆਰੀ ਇੱਕ ਸੀਟ ਆ ਪੂਰੀ ਫੁੱਲ। ਅਤੇ ਇਸ ਤੋਂ ਬਾਅਦ ਅਗਲੀ ਟਿਕਟ ਆ ਜਿਹੜੀ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਭਾਈ ਜੋਰਾ ਸਿੰਘ ਬਾਰੇ
₹3 ਦੀ ਟਿਕਟ ਆ, ਇੰਡੀਆ ਗਵਰਨਮੈਂਟ ਨੇ ਰਿਲੀਜ਼ ਕੀਤੀ ਹੈ ਇਹ, ਅਤੇ ਬਹੁਤ ਹੀ ਪਿਆਰੀ। ਅਤੇ ਆਹ ਇਹਦਾ ਫਸਟ ਡੇ ਕਵਰ ਆ, ਇਹਦੇ ਵਿੱਚ ਆ ਸੀ ਭਾਈ ਜ਼ੋਰਾਵਰ ਸਿੰਘ ਜੀ, ਇੱਥੇ ਲਿਖਿਆ ਵੀ ਹੋਇਆ, ਅਤੇ ਨਾਲ ਆ ਹੋਰ ਨੇ ਦੋ ਫਸਟ ਡੇ ਕਵਰ। ਅਤੇ ਆਹ ਦੂਸਰੀ ਸਾਈਡ ਆ, ਇਹ ਤੋਂ ਬਾਅਦ ਜਿਹੜੀ ਅਗਲੀ ਟਿਕਟ ਆ ਉਹ ਕੂਕਾ ਲਹਿਰ, ਇਹ ਫਸਟ ਡੇ ਕਵਰ ਆ ਕੂਕਾ ਲਹਿਰ, ਇਹ ₹5 ਦੀ ਟਿਕਟ ਆ, ਅਤੇ ਇੰਡੀਆ ਗਵਰਨਮੈਂਟ ਵੱਲੋਂ ਇਹ ਲਖਨਊ ਤੋਂ ਜਾਰੀ ਹੋਇਆ ਹੋਇਆ। ਆਹ ਵੀ ਲਖਨਊ ਤੋਂ ਇੱਧਰ ਖੰਡਾ, ਜਿਵੇਂ ਕੂਕਾ ਮੂਵਮੈਂਟ, ਇਹਨਾਂ ਦੇ ਯੋਗਦਾਨ ਦਰਸਾਉਣ ਲਈ ਉਹਨਾਂ ਦੀ ਯਾਦ ਵਿੱਚ ਡਾਕ ਟਿਕਟ ਰਿਲੀਜ਼ ਕੀਤੀ ਸੀ। ਆਹ ਦੇਖ ਖੜਿਆ ਸਿੰਘ ਸਰਦਾਰ, ਖੰਡਾ ਬਣਿਆ ਹੋਇਆ ਪੂਰਾ ਮੋਹਰ ਦੇ ਉੱਤੇ ਵੀ, ਇਹ ਨਵੀਂ ਦਿੱਲੀ ਤੋਂ ਸੀ, ਆਹ ਲਖਨਊ ਤੋਂ ਜਾਰੀ ਹੋਈ। ਅਤੇ ਕੂਕਾ ਲਹਿਰ ਬਾਰੇ ਜਾਣਕਾਰੀ ਦਿੰਦਾ ਹੋਇਆ ਇਹ ਵੀ ਇੰਡੀਆ ਗਵਰਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਸੀ, ਸੇਮ ਉਸੇ ਤਰ੍ਹਾਂ ਆ ਹਿੰਦੀ 'ਚ ਕੂਕਾ ਲਹਿਰ ਬਾਰੇ ਸਾਰਾ ਕੁਛ ਹਾਂ ਦੱਸਿਆ ਹੋਇਆ। ਅਤੇ ਇਹ ₹5 ਦਾ ਸੀ, ਅਤੇ ਆ ਇੰਗਲਿਸ਼ 'ਚ ਸਾਰਾ ਕੁਛ ਬਹੁਤ ਹੀ ਪਿਆਰਾ। ਅਤੇ ਇਸ ਤੋਂ ਬਾਅਦ ਜਿਹੜੀ ਅਗਲੀ ਟਿਕਟ ਆ ਉਹ ਹੈਗੀ ਆ ਬਾਬਾ ਖੜਕ ਸਿੰਘ ਜੀ ਬਾਰੇ, ₹60 ਦੀ ਟਿਕਟ ਆ, ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤੀ ਹੋਈ, ਇਹ 1988 ਦੇ ਵਿੱਚ ਜਾਰੀ ਕੀਤੀ ਸੀ। ਮੈਂ ਦੇਖ ਲਓ ਬਾਬਾ ਖੜਕ ਸਿੰਘ ਜੀ, ਆਹ ਉਹਨਾਂ ਬਾਰੇ ਇਨਫੋਰਮੇਸ਼ਨ ਨਵੀਂ ਦਿੱਲੀ ਤੋਂ ਜਾਰੀ ਹੋਇਆ ਹੈ, ਇਹਦੇ ਵਿੱਚ ਵੀ ਇਹਦੇ ਵਿੱਚ ਇੱਕ ਟਿਕ ਆਪਣਾ ਹਿੰਦੀ 'ਚ ਬਾਬਾ ਖੜਕ ਸਿੰਘ ਜੀ ਬਾਰੇ, ਹਿੰਦੀ ਅਤੇ ਅੰਗਰੇਜ਼ੀ ਵਿੱਚ ਦੋਨਾਂ ਭਾਸ਼ਾਵਾਂ ਵਿੱਚ, ਜੰਮੂ 'ਚ ਆ ਸਾਰਾ ਕੁਛ ਲਿਖਿਆ ਹੋਇਆ ਉਹਨਾਂ ਬਾਰੇ, ਉਹਨਾਂ ਦੀ ਜੀਵਨੀ ਹੈ ਸਾਰੀ, ਅਤੇ ਬਾਰੇ ਪੂਰੇ ਵਿਸਥਾਰ ਲਿਖਿਆ ਹੋਇਆ ਇੰਗਲਿਸ਼ ਵਿੱਚ। ਸੇਮ ਟ੍ਰਾਂਸਲੇਟ ਅਤੇ ਨਵੀਂ ਦਿੱਲੀ ਤੋਂ ਇਹ ਉਦੋਂ ₹1 ਦਾ ਸੀ। ਅਤੇ ਇਹ ਤੋਂ ਇਲਾਵਾ ਆ ਫਸਟ ਡੇ ਕਵਰ ਨੇ, ਇਹ ਬੰਬਈ ਤੋਂ ਰਿਲੀਜ਼ ਹੋਇਆ ਹੋਇਆ ਬਾਬਾ ਕਵਰ, ਬਹੁਤ ਹੀ ਸੋਹਣਾ 1988 'ਚ। ਇਹ ਵੀ ਦਿੱਲੀ ਤੋਂ ਜਾਰੀ ਹੋਇਆ।